ਮਿੱਥੇ ਹੋਏ ਪ੍ਰੋਗਰਾਮ ਅਨੁਸਾਰ ਆਓ। ਸਤਿਕਾਰਯੋਗ ਭਾਈ ਸਾਹਿਬ ਭਾਈ ਤੇਜਿੰਦਰ ਸਿੰਘ ਜੀ ਸ਼ਿਮਲੇ ਵਾਲੇ, ਉਹ ਪਹੁੰਚ ਚੁੱਕੇ ਹਨ। ਜੀ ਆਇਆਂ ਆਖਦੇ ਹਾਂ ਸਤਿਕਾਰ ਸਹਿਤ। ਬੇਨਤੀ ਹੈ ਸਟੇਜ 'ਤੇ ਸਜਣ। ਗੁਰੂ ਕੀ ਬਾਣੀ ਦਾ ਇਲਾਹੀ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਬੜੇ ਪਿਆਰ ਦੇ ਨਾਲ ਭਾਈ ਸਾਹਿਬ ਜੀ ਗੁਰੂ। ਇਲਾਹੀ ਬਾਣੀ ਦਾ ਕੀਰਤਨ ਬੜੇ ਪ੍ਰੇਮ ਨਾਲ ਸਰਵਣ ਕਰੀਏ। ਸਤਿਗੁਰੂ ਦੀ ਬੜੀ ਅਪਾਰ ਕਿਰਪਾ ਬਖਸ਼ਿਸ਼ ਹੈ ਇਸ ਜਥੇ 'ਤੇ, ਜੋ ਰੂਹਾਨੀ ਕੀਰਤਨ ਔਰ ਸ਼ਬਦਾਂ ਦੇ ਪ੍ਰਕਰਣ ਦੇ ਮੁਤਾਬਕ ਕਰਦੇ ਨੇ। ਪ੍ਰਕਰਣ ਦੇ ਵਿੱਚ ਪ੍ਰਕਰਣ ਸ਼ਬਦਾਂ ਦਾ ਜੋ ਸੰਗ੍ਰਹਿ, ਉਹ ਕੀਰਤਨ ਦੇ ਰੂਪ ਦੇ ਵਿੱਚ ਸਾਹਮਣੇ ਰੱਖਦੇ ਹਨ। ਕਿ ਬਹੁਤ ਵੱਡੀ ਗੱਲ ਹੈ, ਇਹਦੇ ਪਿੱਛੇ ਬਹੁਤ ਵੱਡੀ ਮਿਹਨਤ ਹੈ, ਬਹੁਤ ਵੱਡਾ ਅਭਿਆਸ ਹੈ। ਜਦਕਿ ਇੱਕ ਤੋਂ ਇੱਕ ਗੁਰੂ ਕੇ ਕੀਰਤਨੀਏ ਕੀਰਤਨ ਕਰ ਰਹੇ ਹਨ, ਪਰ ਬਹੁਤ ਵੱਡੀ ਮਿਹਨਤ ਮੰਗਦਾ। ਇਸ ਤਰ੍ਹਾਂ ਪ੍ਰਕਰਣ ਦਰ ਪ੍ਰਕਰਣ ਕੀਰਤਨ ਸ਼ਬਦਾਂ ਦੇ ਸੰਗ੍ਰਹਿ ਇਕੱਠੇ ਗਾਇਨ ਕਰਨੇ, ਫਿਰ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਣ ਇਸ ਜਥੇ ਨੂੰ। ਆਪ ਸਾਧ ਸੰਗਤ ਜੀ ਦੀ ਆਸੀਸ ਪ੍ਰਾਪਤ ਹੁੰਦੀ ਰਹੀ ਤਾਂ ਲੰਬੇ ਸਮੇਂ ਤੱਕ ਇਸੇ ਤਰ੍ਹਾਂ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਰਹਿਣਗੇ। ਬੜੇ ਪਿਆਰ ਨਾਲ ਆਓ ਸਰਵਣ ਕਰੀਏ। ਸਵੇਰੇ ਅੰਮ੍ਰਿਤ ਵੇਲੇ ਆਸਾ ਜੀ ਕੀ ਵਾਰ ਵੀ ਸਰਵਣ ਕਰਾਉਣਗੇ 6 ਤੋਂ 8। ਬੜੇ ਪਿਆਰ ਨਾਲ ਸਰਵਣ ਕਰੀਏ। ਮੈਂ ਜਕਾਰਾ ਗਜਾਉਣਾ, ਭਰਪੂਰ ਸਤਿਕਾਰ ਨਾਲ ਭਾਈ ਸਾਹਿਬ ਜੀ ਕੀਰਤਨ ਦੀ ਅਰੰਭਤਾ ਕਰਨ। ਬੋਲੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ, ਜਿਉਂ ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਵਾਹਿਗੁਰੂ 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 ਵਾਹਿਗੁਰੂ।
हम तीन तेरी शरणावे, हम तीन तेरी शरणावे, दया दया करा राम जन राम जन गुरमत आराम बुलाए, राम जन गुरमत राम बोला, जो जो सुने कहे सो मुक्ता, राम जपत सुहावी जेवड़ पाग होवे मुख मस्तक, जेवड़ पाग होवे मुख मस्तक, हर राम जना बेटा वे, हर राम जना दर्शन संत देहो कर कृपा, दर्शन संत देहो कर कृपा, सब दाल दे दुख लह जाए, सब दाल दे दुख लह जाए, कर राखो हर जियो दया दया, कर राखो हर जियो हम दीन तेरी शरणावे, हम दीन तेरी शरणावे, दया 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 राखो हर जियो दया दया। हर के लोग हर के लोग राम जननी के, हर के लोग राम जननी के, पाग हीण ना सुखावे, पाग हीण ना सुखावे, ज्यों ज्यों राम कहे जन ऊंचे, ज्यों ज्यों राम कहे जन ऊंचे,
नर निंदक डंस लगाए, नर निंदक डंस लगावे, दया 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 करा शरणावे, हम दीन तेरी शरणावे, दया 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 करा। त्रिग त्रिग नर निंदक, त्रिग त्रिग नर निंदक जिन जन नहीं पाए, त्रिग त्रिग नर निंदक जिन जन नहीं पाए, हार के सका सखाए, हार के सखा सखाए, से हार के चोर, से हार के चोर वे मुख मुख काले, से हार के चोर वे मुख मुख काले, से हार के चोर वे मुख मुख काले, जिन गुर की पैद न पाए, जिन गुर की पैद न पावे, दया 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 कराखो हर जियो, दया दया कराखो हर जियो, हम दीन तेरी शरणावे, हम दीन तेरी शरणावे, हम पारक हम पारक तुम पिता प्रभ मेरे, हम पारक तुम पिता प्रभ मेरे, जनानक बख्श मिलावे, दया 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 करा को हर जी, दया 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 कर रखो हर जियो, हम दीन तेरी शरणावे।
दया दया कर रखो हर जियो हम दीन तेरी शरणाए दया दया कर रखो हर जियो दया दीन करो रख ले नानक हरे गुर शरण समैया दया दीन करो रख ले वो दया दीन करो रख ले नानक हरे गुरु शरण समैया अंतर प्यास उठी प्रभ केरी अंतर प्यास उठी प्रभ केरी सुन गुर बचन मन पीर लगैया अंतर प्यास उठी प्रभ केरी सुनपुर बचन मन तीर लगैया मन की पीर था मन ही जाने मन की पीर था मन ही जाने अवर के जाने अवर के जाने को पीर परैया दया दीन करो रख ले दया दीन करो रख ले नानक हरे गुर शरण समैया नानक हरे गुर शरण समैया राम 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 गुरमोहन मोहे मन लैया राम गुरमोहन मोहे मन लैया हाँ आकल बिकल पाई गुर देखे हाँ लोट पैया
ਹਉ ਨਿਰਖਤ ਫਿਰੋ ਸਭ ਦੇਸ ਦਿਸੰਤਰ ਹਉ ਨਿਰਖਤ ਫਿਰੋ ਸਭ ਦੇਸ ਦਿਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾ ਦੇਉ ਗੁਰ ਆਗੈ ਮਨ ਤਨ ਕਾਟ ਦੇਉ ਗੁਰ ਆਗੈ ਮਨ ਤਨ ਕਾਟ ਦੇਉ ਗੁਰ ਆਗੈ ਜਿਨ ਹਰ ਪ੍ਰਭ ਮਾਰਗ ਪੰਥ ਦਖਈਆ ਜਿਨ ਹਰ ਪ੍ਰਭ ਮਾਰਗ ਪੰਥ ਦਖਈਆ ਦਇਆ ਦੀਨ ਕਰੋ ਰੱਖ ਲੇਵੋ ਨਾਨਕ ਹਰੇ ਗੁਰ ਸ਼ਰਨ ਸਮਈਆ ਨਾਨਕ ਹਰੇ ਗੁਰ ਸ਼ਰਨ ਸਮਈਆ ਦਇਆ ਦੀਨ ਕਰੋ ਰੱਖ ਲੇਵੋ ਦਇਆ ਦੀਨ ਕਰੋ ਰੱਖ ਲੇਵੋ ਨਾਨਕ ਹਰੇ ਗੁਰ ਸ਼ਰਨ ਸਮਈਆ ਨਾਨਕ ਹਰੇ ਗੁਰ ਸ਼ਰਨ ਸਮਈਆ ਕੋਈ ਆਣ ਸੰਦੇਸ਼ ਦੇ ਪ੍ਰਭ ਕੇਰਾ ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ ਰਿਦ ਅੰਤਰ ਮਨ ਤਨ ਮੀਠ ਲਗਈਆ ਅੰਤਰ ਮਨ ਤਨ ਮੀਠ ਲਗਈਆ ਰਿਦ ਅੰਤਰ ਮਨ ਤਨ ਮੀਠ ਲਗਈਆ ਮਨ ਤਨ ਮੀਠ ਲਗਈਆ ਮਸਤਕ ਕਾਟ ਦੇਉ ਗੁਰ ਆਗੈ ਮਸਤਕ ਕਾਟ ਦੇਉ ਚਰਨਾ ਤਲ ਮਸਤਕ ਕਾਟ ਦੇਉ ਚਰਨਾ ਤਲ ਮਸਤਕ ਕਾਟ ਦੇਉ ਚਰਨਾ ਤਲ ਜਿਨ ਹਰ ਪ੍ਰਭ ਮੇਲੇ ਮੇਲ ਮਲਈਆ ਮਸਤਕ ਕਾਟ ਦੇਉ ਚਰਨਾ ਤਲ ਮਸਤਕ ਕਾਟ ਦੇਉ ਚਰਨਾ ਤਲ ਮਸਤਕ ਕਾਟ ਦੇਉ ਚਰਨਾ ਤਲ ਜਿਨ ਹਰ ਪ੍ਰਭ ਮੇਲੇ ਮੇਲ ਮਲਈਆ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਦਇਆ ਦੀਨ ਕਰੋ ਰੱਖ ਲੇਵੋ ਦਇਆ ਦੀਨ ਕਰੋ ਰੱਖ ਲੇਵੋ ਨਾਨਕ ਹਰੇ ਗੁਰ ਸ਼ਰਨ ਸਮਈਆ ਨਾਨਕ ਹਰੇ ਗੁਰ ਸ਼ਰਨ ਸਮਈਆ ਚਲ ਚਲ ਸਖੀ ਹਮ ਪ੍ਰਭ ਪਰਬੋਧ ਚਲ ਚਲ ਸਖੀ ਹਮ ਪ੍ਰਭ ਪਰਬੋਧ
चल चल सखी हम प्रभ पर बुद्ध गुण कामन कर हर प्रभ लैया गुण कामन कर हर प्रभ लैया गुण कामन कर हर प्रभ लैया भगत वत्सल कुआं को नाम कहियत है भगत वत्सल कुआं को नाम कहियत है भगत वत्सल कुआं को नाम कहियत है शरण प्रभु तिस पाछे पैया शरण प्रभु तिस पाछे पैया दया दीन करो रख ले वो दया दीन करो रख ले वो नानक हरि गुर शरण समैया नानक हरि गुर शरण समैया खिमा शिंगार करे प्रभ खुशियां खिमा शिंगार करे प्रभ खुशियां खिमा शिंगार करे प्रभ खुशियां मन दीपक गुर ज्ञान बलैया मन दीपक गुर ज्ञान बलैया रस रस भोग करे प्रभ मेरा रस रस भोग करे प्रभ मेरा रस रस भोग करे प्रभ मेरा तिस आगे जियो कट कट पैया तिस आगे जियो कट कट पैया दया दीन करो रख ले वो दया दीन करो रख ले वो नानक हरि गुर शरण समैया नानक हरि गुर शरण समैया हर हर हार कंठ है बन्नेया हर हर हार कंठ है बन्नेया मन मोती चूर वट गहन कहनैया मोती चूर वट गहन कहनैया मन मोती चूर वट गहन कहनैया मन मोती चूर वट गहन कहनैया हर हर श्रद्धा सेज बिछाई हर हर श्रद्धा सेज बिछाई हर हर श्रद्धा सेज बिछाई प्रभ छोट ना सकै बहुत मन पैया प्रभ छोट ना सकै बहुत मन पैया दया दीन करो रख ले वो दया दीन करो रख ले वो नानक हरि गुर शरण समैया नानक हरि गुर शरण समैया
कहे प्रभ अवर किछ की जय कहे प्रभ अवर किछ की जय सब पाद श्रृंगार फोकट फोकटैया सब पाद श्रृंगार फोकट फोकटैया सब पाद श्रृंगार फोकट फोकटैया कियो श्रृंगार मिलन के ताई कियो श्रृंगार मिलन के ताई कियो श्रृंगार मिलन के ताई प्रभ लियो सुहागन थूक मुख पैया प्रभ लियो सुहागन थूक मुख पैया दया दीन करो रख ले दया दीन करो रख ले नानक हरे गुर शरण समैया नानक हरे गुर शरण समैया हम चेरी तुम अगम गुसाई हम चेरी तू अगम गुसाई हम चेरी तू अगम गुसाई क्या हम करें तेरे बस पैया 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 दीन दया करो कर दीन दया करो रख ले लो नानक हरे गुरु शरण समैया दया दीन करो रख ले दया दीन करो रख ले नानक हरे गुरु शरण समैया नानक हरे गुरु शरण समैया दया दीन करो रख ले वो दया दया कर रखो हर जियो हम दीन तेरी शरण दया दीन करो रख ले वो नानक हर गुरे शरण समैया दया दया कर रखो हर जियो हम दीन तेरी शरण रख ले वो त्राहे त्राहे कर शरणी आ त्राहे त्राहे कर शरणी Thank you.
त्राहे त्राहे कर शरणी आए जलता कृपा की जय पायो साधु सेव
करी जय। तारण करो स्वामी मेरे नाम महारस पी जय। तारण करो स्वामी मेरे नाम महारस पी जय। नाम महारस पी जय। नाम महारस पी जय। त्रहे त्रहे कर शरणी आए। त्रहे त्रहे कर शरणी आए। जल तो कृपा की जय चरणी आए। जल तो कृपा की जय शरणी आए। कर कहले हो कर कहले हो दास अपने को। कर कहले हो अपने को नानक अपना की जय। कर कहले हो दास अपने को नानक अपना की जय। नानक अपनों की जय। नाम अपनों की जय। ताहे ताहे कर शरणी आए। ताहे ताहे कर शरणी आए। जल दो कृपा की जय शरणी आ। कृपा की जय शरणी आए। ताहे ताहे कर शरणी आए। ताहे 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 कर शरणी आते। त्रहे त्रहे कर शरणी आए। दया दया कर राखू हर जियो।
हम दीन तेरी शरण आए, त्रह त्रह कर चरणी आए, दया दीन करो रख ले वो त्रह त्रह कर चरणी आए, दया दया कर राखो हर जियो, हम दीन तेरी शरण आए, क्यों जानो त्यों राख हर प्राप तेरिया, क्यों जानो त्यों राख हर प्राप तेरिया, असंख अवगुण मेरे आ, क्यों जानो क्यों राख हर प्राप ते केते गनु असंख अवगुण मेरे आ, असंख अवगुण मेरे आ, असंख अवगुण खते फेरे नित प्रतिसाद भूली है, असंख अवगुण खते फेरे नित प्रतिसाद भूली है, मोह मगन विकराल माया तो प्रसादी कूली है, असंख अवगुण खते फेरे नित प्रतिसाद भूली है, मोह मगन विकराल माया तो प्रसादी भूली है, तो जानो त्यों राख हर प्राण
असंख अवगुण मेरे आ असंख अवगुण मेरे आ लूक करत विकार बिखड़े प्रभ नेर हूं ते नेरे आ लूक करत विकार बिखड़े प्रभ नेर हूं ते नेरे आ पिंडवंत नानक दया तारु काड पव जल फेरे आ काड पव जल फेरे आ काड पव जल फेरे आ क्यों जानु त्यों राख हर प्राप तेरिया के ते गनु असंख अवगुण मेरे आ असंख अवगुण मेरे आ असंख अवगुण दया दया कर राखो हर जियो दया दया कर राखो हर जियो हम दीन तेरी शरणावे हम दीन तेरी शरणावे हम पारक तुम पिता प्रभु मेरे हम पारक तुम पिता प्रभु मेरे जनानक बख्श मिलावे दया 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 कराखो हर जियो दया दया जपो वाहे गुरु 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 ਸਤਿਕਾਰ ਗੁਰੂ ਸਾਧ ਸੰਗਤ ਇੱਕ ਬੇਨਤੀ ਆਪ ਜੀ ਸੁਣ ਕੇ ਜਾਣਾ ਕਿਉਂਕਿ ਕੀਰਤਨ ਦੇ ਵਿੱਚ ਨਾ ਇੱਕ ਸ਼ਬਦ ਆਇਆ ਵਰਡ ਬੜੀ ਇਕਾਗਰਤਾ ਨਾਲ ਸੁਣਨਾ ਕਿਉਂਕਿ ਅੱਜ ਦਾ ਵਿਸ਼ਾ ਬਹੁਤ ਗਹਿਰਾ ਡੂੰਘਾ ਵਿਸ਼ਾ ਸੀ ਇੱਕ ਬਿੰਦੂ ਦੇ ਉੱਤੇ ਅੱਜ ਸਾਰਾ ਵਿਸ਼ਾ ਘੁੰਮ ਰਿਹਾ ਸੀ ਉਹ ਸੀ ਦਇਆ ਉਸ ਦੀ ਦਇਆ ਦੀ ਜੂਰੀਡਿਕਸ਼ਨ 'ਚ ਆਉਣ ਦਾ ਸਾਧਨ ਕੀ ਹੈ ਦੋ ਅਖੀਰਲੇ ਸ਼ਬਦਾਂ ਦੇ ਵਿੱਚ ਸਤਿਗੁਰ ਨੇ ਕਮਾਲ ਕਰ ਦਿੱਤਾ
ਜਿਹੜੇ ਪਾਕਿਸਤਾਨ ਤੋਂ ਗੁਰਮੁਖ ਰੂਹਾਂ ਆਈਆਂ ਨੇ ਨਾ ਸਾਡੇ ਪਾਸੇ, ਇੱਕ ਵਰਡ ਬੜਾ ਪ੍ਰਚਲਿਤ ਸੀ ਜਦੋਂ ਅਸੀਂ ਆਪਣੇ ਧਿਆਨ ਸਾਧਨਾ ਵਿੱਚ ਬੈਠੇ ਨੇ, ਅੱਗੇ ਧਿਆਨ ਮਗਨ ਬੈਠੇ ਹੋਈਏ, ਕੋਈ ਸਾਨੂੰ ਆਪਣੇ ਵਿਚਾਰਾਂ 'ਚ ਖੋਈ ਹੋਈ ਹੈ ਅਤੇ ਪਿੱਛੋਂ ਆ ਕੇ ਕੋਈ ਪਕੜ ਲਵੇ ਤਾਂ ਕਹਿੰਦੇ ਨੇ ਮੇਰਾ ਤਰਾਅ ਕੱਢ ਦਿੱਤਾ, ਤਰਾਅ ਕੱਢ ਦਿੱਤਾ, ਮੈਨੂੰ ਮਾਰਤਾ, ਮਤਲਬ ਮੇਰੀ ਜਾਨ ਕੱਢਤੀ। ਅੱਜ ਸਤਿਗੁਰੂ ਉਹ ਵਰਡ ਇਸਤੇਮਾਲ ਕਰ, ਤਰਾਹੇ ਤਰਾਹੇ ਕਰ ਸ਼ਰਣੀ, ਇੱਕ ਵਰਡ ਨਹੀਂ ਦੋ ਵਰਡ। ਉਸ ਦੀ ਜੂਰੀਡਿਕਸ਼ਨ 'ਚ ਐਂਟਰੀ ਦਾ ਸਾਧਨ ਕੀ ਹੈ? ਤਰਾਹੇ। ਸਤਿਗੁਰੂ ਕਹਿੰਦੇ ਜੋ ਤੇਰੀ ਇਹ ਅਵਸਥਾ ਬਣ ਜਾਏਗੀ ਨਾ, ਤਰਾਹੇ ਤਰਾਹੇ, ਸਤਿਗੁਰੂ ਮੈਂ ਮਰ ਗਿਆ, ਕਿੱਥੇ ਕੋਈ ਢੋਈ ਨਹੀਂ। ਜਦੋਂ ਆਪਣੇ ਮਨ ਵਿੱਚ ਐਸੀ ਹੈਗੇ ਸਤਿਗੁਰੂ ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ, ਮੈਂ ਮਰ ਗਿਆ, ਮੈਨੂੰ ਕੋਈ ਬਚਾਉਣ ਵਾਲਾ ਨਹੀਂ, ਕਰ ਸ਼ਰਣੀ ਆਏ। ਸ਼ਰਨ 'ਚ ਪਹੁੰਚ ਗਿਆ ਕਿ ਚੌਥੇ ਸ਼ਬਦ ਸਤਿਗੁਰੂ ਕਹਿੰਦੇ ਨੇ ਹੁਣ ਕੰਮ ਕਰ, ਆਪਣੀ ਮਨ ਦੀ ਅਵਸਥਾ ਵੀ ਬਣਾ ਲਈ ਅਤੇ ਪਹੁੰਚ ਵੀ ਗਏ ਗੁਰੂ ਦੀ ਸ਼ਰਨ 'ਚ। ਕਹਿੰਦੇ ਨੇ ਇਤਨਾ ਹੀ ਕਾਫੀ ਨਹੀਂ, ਕਹਿੰਦੇ ਕੰਮ ਕਰੀ, ਆਪਣੇ ਗਲੇ 'ਚ ਪਾਪ ਭਰਨਾ ਅਤੇ ਹਿਰਦੇ 'ਚੋਂ ਇੱਕ ਕੂਕ ਨਿਕਾਲ ਆਪਣੇ ਗੁਰੂ ਅੱਗੇ ਕੀ, ਜਿਉਂ ਜਾਣੋ ਤਿਉਂ ਰਾਖ। ਸਤਿਗੁਰੂ ਮੈਂ ਨਹੀਂ ਪਤਾ, ਜਦੋਂ ਅਸੀਂ ਬਹੁਤ ਪਰੇਸ਼ਾਨ ਹੋਈਏ ਨਾ ਅਤੇ ਆਪਣੇ ਪਤਾ ਹੋਵੇ ਇਸ ਬੰਦੇ ਨੇ ਮੇਰਾ ਕਾਰਜ ਸਿੱਧ ਕਰ ਦੇਣਾ, ਮੈਨੂੰ ਬਚਾ ਲੈਣਾ, ਅਸੀਂ ਇਸ ਕੋਲ ਜਾ ਕੇ ਇੱਕ ਕੰਮ ਕਹਿੰਦੇ ਕਰਦੇ ਹੁੰਦੇ ਹਾਂ, ਅਸੀਂ ਕਹਿੰਦੇ ਮਨ ਨਹੀਂ ਪਤਾ ਬਈ, ਤੇਰੇ ਕੋਲ ਆਇਆ ਹੁਣ ਜਿਸ ਤਰ੍ਹਾਂ ਮਰਜ਼ੀ ਤੂੰ ਮਨ ਬਚਾ। ਬਸ ਸਤਿਗੁਰੂ ਅੱਜ ਕਹਿੰਦੇ ਜਿਉਂ ਜਾਣੋ ਤਿਉਂ ਰਾਖ, ਸਤਿਗੁਰੂ ਜੀ ਜਿਵੇਂ ਤੈਨੂੰ ਚੰਗਾ ਲੱਗਦਾ, ਜਿਸ ਤਰ੍ਹਾਂ ਤੈਨੂੰ ਭਾਉਂਦਾ ਮੈਨੂੰ ਬਚਾ। ਕਿਉਂ? ਹਰ ਪ੍ਰਭ ਤੇਰੇ ਆ, ਤੇਰੀ ਦਰ 'ਤੇ ਆਇਆ ਅਤੇ ਤੇਰੀ ਓਟ ਤੱਕੀ ਹੈ। ਅਤੇ ਗੁਰੂ ਪਿਆਰਿਓ, ਅਸੀਂ ਜਦੋਂ ਇਹ ਸ਼ਬਦ ਪੜ੍ਹਦੇ ਹਾਂ ਨਾ, ਇੱਕ ਥੋੜ੍ਹਾ ਜਿਹਾ ਵਿਸ਼ਰਾਮ ਗਲਤ ਲਗਾ ਦਿੰਦੇ। ਅਮੂਮਨ ਸਾਡੇ ਸਾਰੇ ਰਾਗੀ ਪ੍ਰਚਾਰਕ ਅਸੀਂ ਕਹਿੰਦੇ ਹਾਂ ਜਿਉਂ ਜਾਣੋ ਤਿਉਂ ਰਾਖ, ਹਰ ਪ੍ਰਭ ਤੇਰੇ ਆ, ਕੇਤੇ ਗਣੋ ਅਸੰਖ, ਅਵਗੁਣ ਮੇਰੇ ਨਹੀਂ। ਕੇਤੇ ਗਣੋ, ਕਿਵੇਂ ਗਿਣਾ ਮੇਰੇ ਸਤਿਗੁਰੂ ਜੀ, ਮੈਨੂੰ ਦੱਸੋ ਤਾਂ ਸਹੀ। ਅਸੰਖ ਅਵਗੁਣ ਮੇਰੇ ਆ, ਅਸੰਖ ਦੂਸਰੇ ਪਾਸੇ ਲਗਾਉਣਾ। ਕੇਤੇ ਗਣੋ ਸਤਿਗੁਰੂ ਜੀ, ਗਣੋ ਕਿਵੇਂ ਗਿਣਾ ਮੈਂ, ਇੱਕ ਹੋਵੇ ਮੇਰਾ ਅਵਗੁਣ, ਅਸੰਖ ਅਵਗੁਣ ਮੇਰੇ। ਬਸ ਜਦੋਂ ਇਹ ਆਪਣੀ ਭਾਵਨਾ ਆ ਜਾਏਗੀ ਨਾ ਤਾਂ ਅੰਦਰੋਂ ਇੱਕ ਕੂਕ ਨਿਕਲੇਗੀ। ਗੁਰੂ ਪਿਆਰਿਓ ਇਹ ਬੇਨਤੀ ਕਰਕੇ ਸਮਾਪਤੀ, ਦੋ ਵਰਡ ਨੇ, ਇੱਕ ਹੈ ਕੂਕ, ਇੱਕ ਹੈ ਹੂਕ। ਕੂਕ ਨਿਕਲਦੀ ਹੈ ਕੰਠ ਤੋਂ ਅਤੇ ਹੂਕ ਨਿਕਲਦੀ ਹੈ ਦਿਲ ਤੋਂ, ਪਰ ਇੱਕ ਦਿਲ ਤੋਂ ਨਿਕਲੀ ਹੋਈ ਹੂਕ ਦਾ ਪਹਿਲਾ ਸਟੈਪ ਹੈ ਕੂਕ। ਜਦੋਂ ਰਸਨਾ ਤੋਂ ਕੂਕ ਨਹੀਂ ਨਿਕਲੇਗੀ ਨਾ, ਉਹ ਕੂਕ ਅੰਦਰ ਉਹੀ ਉਹ ਹੂਕ ਬਣ ਕੇ ਦਿਲ ਤੋਂ, ਜਿਹਨੂੰ ਅਸੀਂ ਕਹਿੰਦੇ ਹਾਂ ਹੋਕਾ, ਹੋਕਾ ਨਿਕਲਦਾ, ਉਹੀ ਉਹ ਕੂਕ ਜਦੋਂ ਹੂਕ ਬਣ ਕੇ ਅੰਦਰੋਂ ਨਿਕਲੇਗੀ, ਬਿਨਵੰਤ ਨਾਨਕ ਦਇਆ ਧਾਰੂ ਕਾਢ ਅਵਗੁਣ ਮੇਰੇ। ਸਤਿਗੁਰ ਰਹਿਮਤ ਕਰਨ, ਇਸ ਅਮਰ ਉਪਦੇਸ਼ ਸਾਡੇ ਹਿਰਦਿਆਂ 'ਚ ਵੱਸ ਜਾਣ, ਵਸੇ ਹੋਏ ਉਪਦੇਸ਼ਾਂ ਰਾਹੀਂ ਅਸੀਂ ਆਪਣਾ ਜੀਵਨ ਗੁਰੂ ਚਰਨਾਂ ਦੇ ਨਾਲ ਜੋੜ ਸਕੀਏ। ਇਤਨੀ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਬੇਅੰਤ 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 ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ, ਆਪਣੇ ਅਣਜਾਣ ਬੱਚੇ ਜਾਣ ਕੇ ਖਿਮਾ ਬਖਸ਼ਿਸ਼ ਕਰਨੀ।